ਇਸ ਨੌਜਵਾਨ ਦੀ ਜਿਹੜੀ ਉਹ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਦੋਸਤ ਤਾਰ ਵਾਲੇ ਸੀਗੇ ਉਹ ਕਿਸੇ ਮੈਰਿਜ ਤੋਂ ਆਏ ਸੀ, ਉਹਨਾਂ ਨੇ ਅੱਗਾ ਪਿੱਛਾ ਨਹੀਂ ਦੇਖਿਆ, ਸਿੱਧਾ ਰੋਡ ਕ੍ਰੋਸ ਕਰਨ ਲੱਗੇ ਅਤੇ ਇਹ ਦੋ ਜਣੇ ਸੀਗੇ ਜੀ ਮੋਟਰਸਾਈਕਲ ਦੇ ਉੱਤੇ। ਅੱਛਾ ਜੀ। ਅਤੇ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੀ ਡੈਥ ਹੋਈ ਹੈ, ਇਹ ਚਲਾ ਰਿਹਾ ਸੀਗਾ ਵਹੀਕਲ। ਘਟਨਾ ਜ਼ਿਲ੍ਹਾ ਨਵਾਂਸ਼ਹਿਰ ਦੇ ਰਾਹੋਂ ਦੀ ਹੈ, ਜਿੱਥੇ ਕਿ ਇੱਕ ਨੌਜਵਾਨ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾਗੋ ਦੇ ਪ੍ਰੋਗਰਾਮ 'ਤੇ ਜਾ ਰਿਹਾ ਸੀ, ਪਰ ਜਦੋਂ ਇਹ ਨੌਜਵਾਨ ਵਜੀਦਪੁਰ ਦੇ ਕੋਲ ਪੁੱਜਿਆ ਤਾਂ ਉਸਦੀ ਇੱਕ ਥਾਰ ਗੱਡੀ ਦੇ ਨਾਲ ਟੱਕਰ ਹੋ ਗਈ, ਜਿਸ ਵਿੱਚ ਇਸ ਨੌਜਵਾਨ ਦੀ ਜਿਹੜੀ ਉਹ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੁਸੀਂ ਵੀ ਦੇਖੋ ਨਵਾਂਸ਼ਹਿਰ ਤੋਂ ਮਹੇਸ਼ ਸਾਜਨ ਦੀ ਇਹ ਰਿਪੋਰਟ ਅਤੇ ਦੇਖੋ ਮੌਕੇ ਦੀਆਂ ਇਹ ਤਸਵੀਰਾਂ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ। ਆਪਣਾ ਕੀ ਨਾਮ ਹੈ ਜੀ? ਰਾਮ ਜੀ। ਇਹ ਜਿਹੜੀ ਐਕਸੀਡੈਂਟ ਇੱਕ ਹੋਇਆ ਉਹ ਤੁਹਾਨੂੰ ਕਦੋਂ ਪਤਾ ਲੱਗਿਆ? ਮੈਨੂੰ ਤਕਰੀਬਨ 6:15 ਪਤਾ ਲੱਗਿਆ। ਉਹ ਤੁਹਾਡਾ ਕੀ ਲੱਗਦਾ ਇਹਦਾ? ਮੇਰਾ ਬੇਟਾ ਲੱਗਦਾ। ਕੀ ਨਾਮ ਕੀ ਉਹਦਾ ਜੀ? ਇੰਦਰਜੀਤ ਬੰਗੜੀ। ਉਮਰ ਕਿੰਨੀ ਹੈਗੀ? ਉਮਰ 21-22 ਸਾਲ ਲੱਗਿਆ। ਘਰੋਂ ਕੀ ਕਹਿ ਕੇ ਮਤਲਬ ਗਏ ਸੀਗੇ? ਘਰੋਂ ਤਾਂ ਸਾਡੇ ਕੋਲ ਤਾਂ ਵਿਆਹ ਵੂਆ ਚੱਲੇ ਸੀਗੇ, ਕਿਤੇ ਵਿਆਹ ਇਹਨਾਂ ਦੀ ਜਾਗੋ ਜੁਗਾ ਜਾਣੀ ਸੀਗੀ। ਅੱਛਾ ਜੀ। ਇਹ ਨਹੀਂ ਪਤਾ ਹੁਣ ਕਿੱਧਰ ਨੂੰ ਗਏ ਆ, ਕਿੱਥੋਂ ਗਏ ਆ, ਤੁਹਾਨੂੰ ਇਸ ਗੱਲ ਦਾ? ਕੰਮ ਮਤਲਬ ਕੀ ਕਰਦੇ ਹੈਗੇ? ਕੰਮ ਉਹ ਪਲੰਬਰ ਦਾ ਕਰਦਾ ਸੀ। ਤੁਹਾਨੂੰ ਕਿ ਮਤਲਬ ਕਾਲ ਫੋਨ ਵਗੈਰਾ ਆਇਆ ਸੀਗਾ? ਮੈਨੂੰ ਮੁੰਡੇ ਦੇ ਨਾਲ ਦੇ ਨੇ ਫੋਨ ਕੀਤਾ ਸੀ। ਹਾਂਜੀ ਅੰਕਲ ਜੀ, ਹੁਣ ਤੁਹਾਡੀ ਮੰਗ ਕੀ ਹੈ ਇਸ ਵੇਲੇ? ਮਤਲਬ ਗੱਡੀ ਵਾਲੇ ਨੂੰ ਫਕੜ ਕੇ ਉਹਨਾਂ 'ਤੇ ਪਰਚਾ ਕੀਤਾ ਜਾਵੇ ਬਸ। ਹੋਰ ਮਤਲਬ ਉਹ ਮਦਦ ਲਈ ਵੀ ਨਹੀਂ ਆਏ ਜਾਂ ਕੋਈ? ਮੈਨੂੰ ਤਾਂ ਮਿਲੇ ਨਹੀਂ ਜੀ ਉਹ। ਅੱਛਾ ਜੀ। ਹਾਂਜੀ, ਮੈਂ ਦੇਖੇ ਵੀ ਨਹੀਂ ਗੱਡੀ ਵਾਲੇ ਕਿੱਥੇ ਆ ਜੀ। ਠੀਕ। ਉਹਦਾ ਗੱਡੀ ਦਾ ਨੰਬਰ ਵਗੈਰਾ ਤੁਸੀਂ ਦੇਖ ਲਿਆ? ਨੰਬਰ ਮੁੰਡਿਆਂ ਕੋਲ ਹੀ ਸੀਗਾ, ਉਹਨਾਂ ਨੇ ਦੇ ਦੇਣਗੇ ਜੀ। ਹੋਇਆ ਅਸੀਂ ਭਾਅ ਜੀ ਸਾਰੇ ਪਿੰਡ ਦੇ ਵਸਨੀਕ ਆ, ਸਾਰੇ ਮੁੰਡੇ ਨੌਜਵਾਨ ਜਿਹੜੇ ਬਹਿਲੂਕਲਾਂ ਤੋਂ। ਅੱਛਾ ਜੀ। ਸਾਡੇ ਗਰੁੱਪ ਦੇ ਵਿੱਚ ਕਿਸੇ ਵੀਰ ਨੇ ਪਾਤਾ ਕਿ ਬਹਿਲੂਕਲ ਤੋਂ ਕਿਸੇ ਦਾ ਐਕਸੀਡੈਂਟ ਹੋਇਆ। ਅੱਛਾ ਜੀ। ਅਤੇ ਮੋਟਰਸਾਈਕਲ ਦਾ ਨੰਬਰ ਪਾਤਾ, ਅਤੇ ਪਤਾ ਲੱਗਿਆ ਕਿ ਸੈਣੀ ਨੇ ਜਵਾਬ ਦਿੱਤਾ, ਰਾਜਾ ਹੋਸਪਿਟਲ ਲੈ ਗਏ। ਕਿੰਨੇ ਜਿਹੜੇ ਮੁੰਡੇ ਸੀਗੇ? ਇਹ 2 ਜਣੇ ਸੀਗੇ ਜੀ ਮੋਟਰਸਾਈਕਲ ਦੇ ਉੱਤੇ। ਅੱਛਾ ਜੀ। ਅਤੇ ਇਹ ਜਿਹੜਾ ਐਕਸੀਡੈਂਟ ਹੋਇਆ ਜਿਹਦੀ ਡੈਥ ਹੋਈ ਹੈ, ਚਲਾ ਰਿਹਾ ਸੀਗਾ ਵਹੀਕਲ। ਓਕੇ। ਅਤੇ ਮੂਹਰਿਓਂ ਇੱਕ ਲਿੰਕ ਰੋਡ ਤੋਂ ਨਿਕਲੀ ਆ ਥਾਰ, ਅਤੇ ਦੂਜੇ ਲਿੰਕ ਰੋਡ 'ਤੇ ਜਾਣਾ ਸੀ, ਉਹਨੇ ਨੈਸ਼ਨਲ ਹਾਈਵੇ 'ਤੇ ਦੇਖਿਆ ਨਹੀਂ ਜਿਹੜਾ ਰਾਹੋਂ ਤੋਂ ਲੁਧਿਆਣੇ ਨਹੀਂ ਜਾਂਦਾ, ਇੱਧਰੋਂ ਕੋਈ ਜਾ ਵੀ ਰਿਹਾ ਜਾਂ ਨਹੀਂ ਜਾ ਰਿਹਾ। ਉਹਨਾਂ ਦਾ ਫਰਜ਼ ਬਣਦਾ ਸੀਗਾ ਦੇਖ ਕੇ ਲੰਘਣ ਦਾ ਕਿ ਹਾਈਵੇ ਜਿਹੜਾ ਜਾਂਦਾ ਮੇਨ ਜੀਟੀ ਰੋਡ, ਕਿ ਅਸੀਂ ਉਹਨੂੰ ਰੁੱਕ ਕੇ ਪਾਸ ਕਰੀਏ, ਕਿਉਂਕਿ ਇਹ ਮੋਟਰਸਾਈਕਲ ਦੇ ਆਪਣੇ ਰੋਡ 'ਤੇ ਸਹੀ 'ਤੇ ਜਾ ਰਹੇ ਸੀਗੇ। ਜਿਹੜੇ ਲੜਕੇ 2 ਇਹ ਮੋਟਰਸਾਈਕਲ 'ਤੇ ਆ ਰਹੇ ਸੀ, ਇਹਨਾਂ ਦੀ ਕਿੰਨੀ ਕੁ ਉਮਰ ਸੀਗੀ? ਇੱਕ ਦੀ 20-22 ਸਾਲ ਹੈ ਜੀ। ਅੱਛਾ ਜੀ। ਦੂਸਰੇ ਦੀ ਵੀ ਲਗਭਗ 24 ਸਾਲ ਹੈ ਜੀ। ਪਿਛਲੇ ਮਤਲਬ ਵਿਆਹ ਹੀ ਨਹੀਂ ਹੈਗੇ ਹਲੇ? ਹਲਕੀ ਉਮਰ ਦੇ। ਜਿਹੜੇ ਕਿੱਥੋਂ ਆਏ, ਕਿੱਥੋਂ ਸੀਗੇ? ਬੈਲੋ ਜਾਣਾ ਕਿੱਥੇ ਸੀਗਾ? ਮੈਰਿਜ ਤੇ ਜਾ ਰਹੇ ਸੀਗੇ। ਕਿਹੜੇ ਮੈਰਿਜ ਤੇ ਭਾਈ? ਇਹਨਾਂ ਦਾ ਫਾਦਰ ਸੀਗਾ। ਇਹ ਫਾਦਰ ਸਾਹਿਬ ਮੈਰਿਜ ਤੇ ਨਹੀਂ ਜਾ ਰਹੇ ਸੀ। ਹਾਂਜੀ। ਅਸੀਂ ਫਲੋਰ ਵਾਲੀ ਸਾਈਡ ਨੂੰ ਜਾ ਰਹੇ ਸੀ ਕਿਸੇ ਕੰਮ ਨਾਲ। ਅੱਛਾ ਜੀ। ਉਹ ਜਿਹੜੇ ਦਾਰ ਵਾਲੇ ਸੀਗੇ ਉਹ ਕਿਸੇ ਮੈਰਿਜ ਤੋਂ ਆਏ ਸੀ, ਉਹਨਾਂ ਨੇ ਅੱਗਾ ਪਿੱਛਾ ਨਹੀਂ ਦੇਖਿਆ, ਸਿੱਧਾ ਰੋਡ ਕ੍ਰੋਸ ਕਰਨ ਲੱਗੇ, ਅਤੇ ਸਾਡੀ ਵਹੀਕਲ ਸੀਗੀ ਜਿਹੜੀ ਮੁੰਡਿਆਂ ਦੀ ਵਹੀਕਲ ਸੀਗੀ ਉਹ ਸੀਗੀ 30 ਦੀ ਸਪੀਡ 'ਤੇ, 30-20 ਦੀ ਸਪੀਡ 'ਤੇ ਸੀਗੀ। ਯੱਕਦਮ ਮੂਹਰੇ ਆਉਣ ਦੇ ਕਾਰਨ ਉਹਨਾਂ ਤੋਂ ਬ੍ਰੇਕ ਉਹਨਾਂ ਨੇ ਜਿੰਨੀ ਕੁ ਮਾਰੀ ਲੱਗੀ, ਪਰ ਉਹ ਥਾਰ ਵਾਲੇ ਨੇ ਗੱਡੀ ਨਹੀਂ ਰੋਕੀ, ਥੋੜ੍ਹੀ ਅੱਗੇ ਜਾ ਕੇ ਗੱਡੀ ਰੋਕੀ। ਤੁਸੀਂ ਮਤਲਬ ਤੁਸੀਂ ਕਿਤੇ ਪਿੱਛੇ ਬਾਈਕ 'ਤੇ ਸੀਗੇ? ਭਾਅ ਜੀ ਅਸੀਂ ਬਾਈਕ 'ਤੇ ਸੀਗੇ। ਮਤਲਬ ਉਹ ਤੁਹਾਡੇ ਫਰੈਂਡ ਸੀਗੇ? ਹਾਂਜੀ ਜੀ, ਫਰੈਂਡ ਸੀਗੇ। ਅੱਛਾ ਜੀ। ਤੁਸੀਂ ਕਿੱਧਰ ਜਾ ਰਹੇ ਸੀਗੇ? ਅਸੀਂ ਫਲੋਰ ਵਾਲੀ ਸਾਈਡ 'ਤੇ ਜਾ ਰਹੇ ਸੀਗੇ ਭਾਅ ਜੀ। ਫਲੋਰ ਮਤਲਬ ਮੈਰਿਜ ਪਾਰਟੀ 'ਤੇ ਵਗੈਰਾ? ਨਹੀਂ ਨਹੀਂ, ਵੈਸੇ ਜਾ ਰਹੇ ਸੀ ਕਿਸੇ ਕੰਮ ਲਈ ਜਾ ਰਹੇ ਸੀਗੇ। ਠੀਕ। ਹੁਣ ਜਿਹੜਾ 2 ਮੁੰਡੇ ਆ, ਹਾਂਜੀ, ਉਹ ਉਹਨਾਂ ਦੀ ਹੁਣ ਮਤਲਬ ਕੀ ਸਥਿਤੀ ਹੈਗੀ ਆ? ਸਥਿਤੀ ਭਾਅ ਜੀ ਇੱਕ ਤਾਂ ਡੈਡ ਹੋ ਗਿਆ। ਅੱਛਾ ਜੀ।
ਜਿਹੜਾ ਦੂਸਰਾ ਉਹ ਡੈਥ ਹੋ ਗਈ ਜੀ, ਉਹਦਾ ਥੋੜੇ ਪੱਟਾ ਜਿਹਾ ਜਿੱਦਾਂ ਲੱਤਾਂ ਜਿਹਾ ਲੱਗੀ ਆ ਜੀ, ਉਹ ਵੀ ਮਤਲਬ ਇਲਾਜ ਦੇ ਵਿੱਚ ਜਾ ਰਿਹਾ ਜੀ, ਖੋਚਾ ਆਈ ਹੈ, ਠੀਕ ਖੋਚਾ ਆਈ ਹੈ ਜੀ, ਬਚਾਇਆ ਉਹਦਾ ਜੀ, ਓਕੇ PB 10 HP 0004 ਥਾਰ ਗੱਡੀ ਦਾ ਜਿਹੜੇ ਉਹ ਖੜੇ ਨਹੀਂ ਮੁੜ ਕੇ, ਉਹ ਖੜੇ ਤਾਂ ਹੋਏ ਆ, ਫਿਰ ਉਹ ਸਾਡੇ ਨੌਨ ਸੀਗੇ ਆਪਣੇ ਸਤਨਾਮ ਸਿੰਘ ਪਾਟੇ ਦੇ ਬ੍ਰਦਰ ਪ੍ਰਭ ਜੀ, ਹਾਂਜੀ, ਤੇ ਉਹਨੇ ਮੁੰਡੇ ਨੂੰ ਦੇਖਿਆ ਤੇ ਉਹਨਾਂ ਨੇ ਉਹ ਗੱਡੀ ਵਾਲੇ ਨੂੰ ਰੋਕਿਆ ਕਿ ਤੂੰ ਇਹਨਾਂ ਨੂੰ ਹਸਪੀਟਲ ਤਾਂ ਪਹੁੰਚਾ, ਪਰ ਉਹ ਹਸਪੀਟਲ ਪਹੁੰਚਾਉਣ ਦੇ ਬਾਵਜੂਦ ਬਾਅਦ ਵਿੱਚ ਪਤਾ ਨਹੀਂ ਕਿੱਥੇ ਚਲੇ ਗਏ, ਕੋਈ ਪਤਾ ਨਹੀਂ ਲੱਗਿਆ ਉਹ ਕਿੱਥੇ ਗਏ। ਪੁਲਿਸ ਮੌਕੇ ਤੇ ਪਹੁੰਚ ਗਈ? ਪੁਲਿਸ ਮੌਕੇ ਤੇ ਪਹੁੰਚ ਗਈ ਆ, ਇੱਥੇ ਮੋਰਚਾ ਤੇ ਸਿਵਲ ਹਸਪੀਟਲ ਅਸੀਂ ਹੁਣ ਬੋਡੀ ਰੱਖ ਕੇ ਚੱਲੇ ਹਾਂ, ਤੇ ਉਹ ਬਿਆਨ ਨੂੰ ਕੱਲ੍ਹ ਕਹਿੰਦੇ ਕਿ ਬਿਆਨ ਅਸੀਂ ਲਵਾਂਗੇ ਤੇ ਅਗਲੀ ਕਾਰਵਾਈ ਕਰਾਂਗੇ।